ਅਗਲੇ ਬੰਨਿਓ ਪਹਿਲਾਂ ਬਣਾ ਕੇ ਆ ਅਗਲੇ ਬੰਨਿਓ ਲੈ ਨੰਗਣੇ ਨੰਗ ਜਾ ਪੁੱਤ ਕੋਈ ਨੰਗ ਜਾ ਕੋਈ ਨਹੀਂ ਆਂਦੇ ਉਹ ਖਲੋ ਜਾ ਚੱਲਦੇ ਆ ਖੜਾ ਨਾ ਪੋ ਪੁਰਾਣੇ ਸੰਦ ਨਹੀਂ ਲੱਭਦੇ ਹੁਣ ਆਪਣਾ ਪਿੰਡ ਕਿਹੜਾ ਆਪਣਾ ਪਿੰਡ ਭੁੱਲ ਰਿਹਾ ਬਾਪੂ ਜੀ ਫਿਰ ਇਹਨਾਂ ਨੂੰ ਕੀ ਕਰਦੇ ਜੇ ਗੰਨਾ ਗੁੰਨਾ ਵਾਹੀਦਾ ਬਾਊ ਕੀ ਲੈਂਦੇ ਕੱਲੇ ਦਾ 700 ਰੁਪਇਆ 700 ਰੁਪਇਆ ਪਾੜ ਦਾ ਪਰ ਜਿਹੜੀ ਪਾੜ ਇਹਨੇ ਪਾ ਦੇਣੀ ਉਹ ਟਰੈਕਟਰ ਨੇ ਨੀ ਪਾਉਣੀ ਬਜਾਜਾਂ ਨੇ ਉਹਨਾਂ ਨੇ ਬੂਟੀ ਦੇ ਵਿੱਚ ਗੰਨਾ ਲਾਉਣਾ ਤੇ ਉਹ ਸਿਆੜ ਮਾਰੇ ਵਿੱਚ ਪੁਰਾਣੇ ਜ਼ਮਾਨੇ ਇੱਕ ਕਿਲੋ ਵਾਹੀਏ ਨਾ ਇੱਕ ਕਿਲਾ 26 ਕਿਲੋਮੀਟਰ ਪੈਣਾ ਬਣ ਜਾਂਦਾ ਸੀ ਤੇ ਪੈਰ ਨੰਗੀ ਲੋਕੀ ਵਾਹੀ ਜਾਂਦੇ ਪੈਰਾਂ ਦੇ ਪੈਂਟ ਦੱਬੀਦੇ ਰਹਿੰਦੇ ਸੀ ਲੋਕਾਂ ਨੂੰ ਸ਼ੁਕਰ ਬਾਪੂ ਅਜੇ 2 ਕਿੱਲੇ ਆਉਂਦਾ ਮੈਂ ਬਾਬੂ ਨਾ ਦੇਦਾ ਫਿਰ ਆਪਣਾ ਮੈਨੇ ਇਹਦੀ ਕਿਰਤ ਨੂੰ ਸਲਾਮ ਲਿਆ ਬੰਦਾ 1000 ਰੁਪਇਆ ਕਮਾਉਂਦਾ ਯਾਰ ਰੋਜ਼ ਦਾ ਲੋਕੀ ਕਹਿੰਦੇ ਆ ਭੁੱਖੇ ਮਰਦੇ ਆ ਪਰ ਜਿਹਨਾਂ ਨੂੰ ਕੰਮ ਹੈ ਉਹਨਾਂ ਨੂੰ ਕੋਈ ਘਾਟ ਨਹੀਂ 1 ਲੱਖ ਰੁਪਏ ਦੀ ਗੱਲ ਹੈ ਜੀ ਇਹੋ ਜਿਹੀਆਂ ਮਸਾਲਾਂ ਯਾਰ ਕਿਤੇ ਵੱਖਰੀਆਂ ਮਿਲਦੀਆਂ ਆਪਣਾ ਕੰਮ ਟੂਰ ਟਰੈਵਲ ਦਾ ਠੀਕ ਹੈ ਇਹ ਮੁੰਡੇ ਕੋਲ ਕਾਰ ਹੈ ਡੋਲੀਆਂ ਵਾਲੇ ਖਰਦਾਰੀ ਲਈ ਤੈਨੂੰ ਕੰਮ ਘੋੜੀ ਵੀ ਹੈਗੀ ਆ ਬੱਕਰੀਆਂ ਵੀ ਹੂੰ ਮੱਝਾਂ ਵੀ ਹੂੰ ਮੈਂ ਸਾਰੇ ਜਗਾੜ ਰੱਖੇ ਆ ਵਧੀਆ ਬਹੁਤ ਸੋਹਣੀ ਗੱਲ ਹੈ ਅੰਕਲ ਜੀ ਅਸੀਂ ਤੈਨੂੰ ਸ਼ਾਬਾਸ਼ ਦੇਣੇ ਗੁਰੂ ਆ ਤੂੰ ਵੀ ਇੱਕ ਮਾਲ ਦੀ ਚੀਜ਼ ਆ ਬੜੇ ਲੋਕੀ ਆਤਮ ਮਥਿਆਵਾਂ ਕਰਨ ਡਏ ਆ ਮੈਂ ਇਹਦੇ ਉੱਤੇ 2 ਲੈਣਾ ਕਹਿਣ ਜਾ ਰਿਹਾ ਮੁਸ਼ਕਲ ਵਿੱਚ ਨਾ ਡੋਲੀ ਜੱਟਾ ਨਾ ਹੀ ਚਿੱਤ ਉਦਾਸ ਕਰੀ ਹਰ ਹਾਲਤ ਵਿੱਚ ਸਾਬਤ ਕਦਮੀ ਪਾਰ ਜਾਣ ਦੀ ਆਸ ਕਰੀ ਥੋੜਾ ਥੋੜਾ ਭੁੱਖਾਂ ਤਿਆਂ ਇਹ ਕੁਝ ਇੱਥੇ ਆ ਮਰੂ ਇਸ ਨਗਰ ਦੇ ਨਾ ਹਾਂ ਤੋਂ ਚੰਗੇ ਦੀ ਨਾ ਆਸ ਕਰੀ ਕੋਸੀ ਜਾਈ ਨਾ ਲੇਖਾਂ ਨੂੰ ਕਿਸਮਤ ਆਪਣੀ ਆਪ ਲਿਖੀ ਅਤੇ ਇਹਦੇ ਵਾਂਗੂ ਕੋਸੀ ਜਾਈ ਨਾ ਲੇਖਾਂ ਨੂੰ ਕਿਸਮਤ ਆਪਣੀ ਆਪ ਲਿਖੀ ਬੇਸ਼ੱਕ ਮੰਗੀ ਰੱਬ ਦੇ ਕੋਲੋਂ ਪਰ ਮਿਹਨਤ ਵਿੱਚ ਵਿਸ਼ਵਾਸ ਕਰੀ ਅਤੇ ਇਹਦੀ ਮਿਹਨਤ ਨੂੰ ਸਲਾਮ ਆ ਵਾਹ ਜੀ ਵਾਹ